ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਨੇ। ਹਰ ਕੋਈ ਆਪੋ ਆਪਣੀ ਜਿੱਤ ਦਾ ਦਾਅਵਾ ਠੋਕ ਰਿਹਾ, ਪਰ ਜਿੱਤ ਕਿਸ ਦੇ ਹਿੱਸੇ ਆਉਂਦੀ ਹੈ ਇਹ ਤਾਂ 24 ਅਕਤੂਬਰ ਨੂੰ ਹੀ ਪਤਾ ਲੱਗੇਗਾ। ਪਰ ਇਸ ਸਭ ਵਿਚਾਲੇ ਹੁਣੇ ਹੁਣੇ DC ਨਾਲ ਉਲਝੇ ਸਿਮਰਜੀਤ ਸਿੰਘ ਬੈਂਸ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਬੈਂਸ ਨੇ ਵਿਰੋਧੀਆਂ ਖਾਸ ਕਰਕੇ ਕਾਂਗਰਸ ਅਤੇ ਅਕਾਲੀਆਂ ਨੂੰ ਕਰੜੀ ਟੱਕਰ ਦੇਣ ਦੇ ਨਾਲ ਨਾਲ ਆਪਣੀ ਜਿੱਤ ਯਕੀਨੀ ਦੱਸੀ ਹੈ। ਬੈਂਸ ਨੇ ਕਿਹਾ ਕਿ ਦਾਖਾ ਹਲਕੇ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਦੀ ਜਿੱਤ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਜਿੱਤ ਦਾ ਮੁੱਢ ਬਣੇਗੀ। ਪੰਜਾਬ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਜਿਹੜਾ ਡੇਟਾਂ ਦੀ ਅਨਾਊਂਸਮੈਂਟ ਕੀਤੀ ਗਈ ਹੈ, 21 ਅਕਤੂਬਰ ਨੂੰ ਵੋਟਾਂ ਅਤੇ 24 ਅਕਤੂਬਰ ਨੂੰ ਰਿਜ਼ਲਟ ਆਉਣਾ। ਲੋਕ ਸਭਾ 2019 ਸੰਗਤ ਨੇ ਆਸ਼ੀਰਵਾਦ ਦਿੱਤਾ, ਬਹੁਤ ਵੱਡੀ ਗਿਣਤੀ 'ਚ ਵੋਟ ਪਾਏ, ਐਂਡ ਲੋਕ ਇਨਸਾਫ ਪਾਰਟੀ ਨੇ ਮੈਨੂੰ ਲੋਕ ਸਭਾ ਦਾ ਉਮੀਦਵਾਰ ਅਨਾਊਂਸ ਕੀਤਾ। ਚੋਣ ਲੜੀ ਦੱਖਣੀ ਆਤਮਨਗਰ ਦਾਖਾ ਅਤੇ ਗਿੱਲ, ਇਹ 4 ਸੀਟਾਂ ਜਿਹੜੀਆਂ ਸੰਗਤ ਦੀ ਬਹੁਤ ਵੱਡੀ ਪਾਵਰ ਬਖਸ਼ ਲੋਕ ਇਨਸਾਫ ਪਾਰਟੀ ਨੇ ਜਿੱਤੀਆਂ, ਐਂਡ ਦਾਖਾ ਬਾਏ ਇਲੈਕਸ਼ਨ ਆ ਗਈ। ਫੂਲਕਾ ਸਾਹਿਬ ਦਾ ਰਿਜ਼ਾਈਨ ਜਿਹੜਾ ਪ੍ਰਵਾਨ ਹੋ ਗਿਆ ਅਤੇ ਬਾਏ ਇਲੈਕਸ਼ਨ ਦੀ ਅਨਾਊਂਸਮੈਂਟ ਹੋਈ ਆ। ਮੈਂ ਦਾਖਾ ਹਲਕੇ ਦੇ ਵੋਟਰਾਂ ਦਾ ਧੰਨਵਾਦੀਆਂ 'ਚ ਸਵੇਰ ਦਾ ਸੀ। ਦਾਖਾ ਹਲਕੇ ਦੇ ਵਿੱਚ ਜਿਹੜਾ ਪ੍ਰੋਗਰਾਮ ਮੀਟਿੰਗਾਂ ਦਾ ਰੱਖਿਆ ਸੀ, ਦਾਖਾ ਹਲਕੇ ਦੇ ਵੋਟਰ ਸੂਝਵਾਨ ਨਿਡਰਤਾ ਦੇ ਨਾਲ ਫੈਸਲਾ ਲੈਂਦੇ ਆ, ਸੱਚਾਈ ਦੇ ਨਾਲ ਖੜ੍ਹਦੇ ਆ। ਅਤੇ 2019 ਜਿਹੜੀ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ, ਜਿਹਦਾ 21 ਨੂੰ ਵੋਟਾਂ ਪੈ ਕੇ 24 ਨੂੰ ਰਿਜ਼ਲਟ ਆਉਣਾ, ਇਹ 2019 ਦੀ ਲੋਕ ਸਭਾ ਦਾ ਰੈਪੂਟੇਸ਼ਨ ਦਾਖਾ ਹਲਕੇ ਦੇ ਵੋਟਰ ਬਹੁਤ ਵੱਡੀ ਗਿਣਤੀ 'ਚ ਦੇਣਗੇ। ਸੋ ਮੈਂ ਵੋਟਰਾਂ ਦਾ ਧੰਨਵਾਦ ਕਰਦਾ, ਸਪੋਟਰਾਂ ਦਾ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਕਿ ਵੋਟਰ ਜਿਹੜਾ 2019 ਦਾ ਫੈਸਲਾ ਉਹਨੂੰ ਰਿਪੀਟ ਕਰਦੇ ਹੋਏ 2022 ਵਾਸਤੇ ਇੱਕ ਸੰਕੇਤ ਦੇਣਗੇ। 10 ਸਾਲ ਬਨਾਮ 3 ਸਾਲ, 10 ਸਾਲ ਬਾਦਲਾਂ ਦੀਆਂ ਠੱਗੀਆਂ ਠੋਰੀਆਂ ਲੁੱਟ ਕਸੁੱਟ, ਔਰ 3 ਸਾਲ ਹਾਲਾਤ ਵੱਧ ਤੋਂ ਬਦਤਰ ਹੋ ਗਏ। ਉਹੀ ਮਾਫੀਆ ਜਿਹੜਾ ਬਾਦਲ ਦੇ ਗੁਰਗੇ ਬਾਦਲ ਚਲਾਉਂਦੇ ਸੀ, ਉਹੀ ਮਾਫੀਆ ਕੈਪਟਨ ਦੀ ਚੁੰਡਲੀ ਚਲਾ ਰਹੀ ਹੈ। ਮਤਲਬ ਕਿ 10 ਸਾਲ ਲੋਕਾਂ ਨੇ ਬਾਦਲਾਂ ਨੂੰ ਦੇਖ ਲਿਆ ਅਤੇ 3 ਸਾਲ ਕੈਪਟਨ ਅਮਰਿੰਦਰ ਦੀ ਕਾਂਗਰਸ ਹਕੂਮਤ ਨੂੰ ਦੇਖ ਲਿਆ, ਕੋਈ ਫਰਕ ਨਹੀਂ। 2022 ਇਹ ਮੁੱਢ ਬਣੂਗੀ ਦਾਖਾ ਦੀ ਬਾਏ ਇਲੈਕਸ਼ਨ ਲੋਕ ਇਨਸਾਫ ਪਾਰਟੀ ਦਾ ਉਮੀਦਵਾਰ ਜਿਤਾ ਕੇ। ਜ਼ਿਕਰਯੋਗ ਹੈ ਕਿ 4 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹਲਕਾ ਦਾਖਾ ਹੈ, ਜਿੱਥੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ HS ਫੂਲਕਾ ਦੀ ਜਿੱਤ ਹੋਈ ਸੀ ਅਤੇ ਫੂਲਕਾ ਇਸ ਸੀਟ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਕਾਰਨ ਅਸਤੀਫਾ ਦੇ ਗਏ ਸਨ। ਅਜਿਹੇ 'ਚ ਹਾਲਾਂਕਿ ਵਿਰੋਧੀ ਧਿਰਾਂ ਇਸ ਨੂੰ ਫੂਲਕਾ ਦੀ ਆਪਣੇ ਹਲਕੇ ਦੇ ਲੋਕਾਂ ਲਈ ਗੈਰ ਜ਼ਿੰਮੇਵਾਰੀ ਦੱਸ ਰਹੀਆਂ ਨੇ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾਖਾ ਸਣੇ ਸਾਰੀਆਂ 4 ਸੀਟਾਂ 'ਤੇ ਜਿੱਤ ਦੀ ਗੱਲ ਆਖ ਰਹੀ ਹੈ। ਆਮ ਆਦਮੀ ਪਾਰਟੀ 4 ਬਾਏ ਇਲੈਕਸ਼ਨ ਲੜਨ ਜਾ ਰਹੀ ਆ, ਜਲਾਲਾਬਾਦ, ਫਗਵਾੜਾ, ਮੁਕੇਰੀਆਂ ਅਤੇ ਦਾਖਾ। ਆਮ ਆਦਮੀ ਪਾਰਟੀ ਸਾਰੀਆਂ 4 ਜਿਹੜੀ ਜ਼ਿੰਦਗੀ ਚੋਣਾਂ ਲੜਨ ਜਾ ਰਹੀ ਹੈ। ਬੜੀ ਜਲਦੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ, ਉਸ ਕੋਰ ਕਮੇਟੀ ਦੀ ਮੀਟਿੰਗ 'ਚ ਵਿਚਾਰੇ ਜਿਹੜੇ ਨਾਂ ਨੇ ਡਿਸਾਈਡ ਕਰਕੇ ਅਸੀਂ ਦੇਵਾਂਗੇ। ਔਰ ਪੰਜਾਬ ਸਰਕਾਰ, ਮੈਂ ਸਮਝਦਾ ਕਿ ਪੰਜਾਬ ਸਰਕਾਰ ਚੋਣ ਜਿਹੜਾ ਹੈਗੀ ਆ ਉਹ ਜਿਹੜੇ ਹੁਣ ਐਲਾਨ ਕਰ ਰਹੀ ਆ ਉਹਨਾਂ ਲਾਣਾ ਤੁਰੰਤ ਪਾਬੰਦੀ ਲੱਗੇ, ਔਰ ਚੋਣ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਵਾਧੂ ਫੋਰਸਸ ਇਹਨਾਂ 4 ਹਲਕਿਆਂ 'ਚ ਭੇਜੇ ਤਾਂ ਕਿ ਉੱਥੇ ਜਿਹੜਾ ਹੈਗਾ ਅਮਨ ਕਾਨੂੰਨ ਦਾ ਰਾਜ ਹੋ ਸਕੇ। ਨਹੀਂ ਤਾਂ ਕਾਂਗਰਸ ਪਾਰਟੀ ਜਿਹੜੀ ਹੈਗੀ ਉੱਥੇ ਗੁੰਡਾਗਰਦੀ ਕਰੂਗੀ, ਕਿਉਂਕਿ ਪਿਛਲੀਆਂ ਇਲੈਕਸ਼ਨ 'ਚ ਵੀ ਇਹੀ ਕੁਛ ਹੋਇਆ ਗਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਇਲੈਕਸ਼ਨ ਕਮਿਸ਼ਨ ਤੋਂ ਕਿ ਉੱਥੇ ਤੁਰੰਤ ਜਿਹੜੀਆਂ ਹੈਗੀਆਂ ਨੇ ਐਡੀਸ਼ਨਲ ਫੋਰਸਸ ਲਾਉਣੀਆਂ ਚਾਹੀਦੀਆਂ ਨੇਗੀਆਂ, ਤੁਰੰਤ ਜਿਹੜਾ ਇੱਥੇ ਅਬਜ਼ਰਵਰ ਅਪੁਆਇੰਟ ਕਰਨੇ ਚਾਹੀਦੇ ਤਾਂ ਕਿ ਉੱਥੇ ਗੁੰਡਾਗਰਦੀ ਰੁਕ ਸਕੇ।
ਇਲੈਕਸ਼ਨ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਰਹਿਣਾ, ਪਹਿਲਾਂ ਵੀ ਨਹੀਂ ਰਿਹਾ, ਬਾਹਰ ਕਰ ਰਹੇ ਨੇ ਲਗਾਤਾਰ? ਦੇਖੋ, ਅਕਾਲੀ ਦਲ ਜਿਹੜਾ ਹੈਗਾ ਆਪਣੀ ਜ਼ਮੀਨ ਪੰਜਾਬ 'ਚ ਖੋ ਚੁੱਕਿਆ, ਇਸ ਸਮੇਂ ਨਫ਼ਰਤ ਦਾ ਪਾਤਰ ਬਣਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਨੇ ਕੀਤੀ ਸੀ, ਉਹਨਾਂ ਦੇ ਨੁਮਾਇੰਦਿਆਂ ਨੇ ਕੀਤੀ ਸੀ, ਸੋ ਅਕਾਲੀ ਦਲ ਨੂੰ ਕੋਈ ਰਾਈਟ ਹੀ ਨਹੀਂ ਇਲੈਕਸ਼ਨ 'ਚ ਖੜਨ ਦਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਹੜੇ ਪੰਥ ਦੀ ਰਾਜਨੀਤੀ ਦੀ ਗੱਲ ਕਰਦੇ ਨੇ, ਪੰਥ ਦੀ ਰਾਜਨੀਤੀ ਹਮੇਸ਼ਾ ਕਰਦੇ ਆ ਰਹੇ ਨੇ ਕਿ ਅਸੀਂ SGPC ਚਲਾਉਣੇ ਆ, ਅਤੇ ਉਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਕੀਤੀ ਹੋਵੇ, ਤਾਂ ਉਹਨਾਂ ਲੋਕਾਂ ਨੂੰ ਪੰਜਾਬ ਦੇ ਲੋਕ ਬਿਲਕੁਲ ਮੂੰਹ ਨਹੀਂ ਲਾਉਣਗੇ। ਦੱਸਣਯੋਗ ਹੈ ਕਿ ਪੰਜਾਬ ਵਿੱਚ ਜਲਾਲਾਬਾਦ, ਫਗਵਾੜਾ, ਡਾਕਾ ਅਤੇ ਮੁਕੇਰੀਆ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਲਾਲਾਬਾਦ ਅਤੇ ਦਸੂਹਾ ਵਿਧਾਨ ਸਭਾ ਸੀਟ ਸੁਖਬੀਰ ਬਾਦਲ ਅਤੇ ਸੋਮ ਪ੍ਰਕਾਸ਼ ਸਿੰਘ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਖਾਲੀ ਹੋਈ ਸੀ, ਜਦਕਿ ਡਾਕਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ HS ਫੂਲਕਾ ਅਸਤੀਫਾ ਦੇ ਚੁੱਕੇ ਨੇ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੁਕੇਰੀਆ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਕੁਮਾਰ ਬੱਬੀ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ। ਫਿਲਹਾਲ ਇਹਨਾਂ ਸੀਟਾਂ 'ਤੇ ਹਰ ਕੋਈ ਜਿੱਤ ਯਕੀਨੀ ਦੱਸ ਰਿਹਾ, ਪਰ ਜਿੱਤ ਕਿਸ ਦੀ ਝੋਲੀ ਪੈਂਦੀ ਹੈ ਇਸ ਦਾ ਫੈਸਲਾ ਤਾਂ ਵੋਟਰ ਹੀ ਕਰਨਗੇ। ਲੁਧਿਆਣਾ ਤੋਂ ਲਖਵਿੰਦਰ ਸਿੰਘ ਦੇ ਨਾਲ, ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।